ਇਹਨੂੰ ਇਹ ਪਤਾ ਲੱਗ ਜਾਵੇ ਕਿ ਇਹ ਕੋਈ ਵੇਗ ਜੀ ਗੱਲ ਨਹੀਂ ਹੁੰਦੀ ਵੀ ਜੋ ਮੈਂ ਬੋਲ ਦਵਾਂ ਮੈਂ ਜੋ ਮਰਜ਼ੀ ਕਰ ਦਵਾਂ। ਇਹ ਕਾਨੂੰਨ ਦੇ ਤਹਿਤ ਚੱਲਣ ਵਾਲੀ ਕੰਟਰੀ ਹੈ ਅਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਸਾਰਾ ਕੁਛ ਕਰਨਾ ਪੈਂਦਾ। ਅਸੀਂ ਉਹਦੇ ਜਿਹੜੇ BNS ਸਿਸਟਮਾਂ ਕਾਨੂੰਨ ਬਣੇ ਉਹਦੇ 'ਚ ਸੈਕਸ਼ਨ 302 299 196 ਪਾਰਟ 1 197 ਪਾਰਟ 1 ਦੇ ਤਹਿਤ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ। ਇਹ ਫਿਲਮਾਂ ਬਣਾਉਂਦੀ ਹੈ, ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਦੀ ਹੈ, ਹਿਸਟਰੀ ਦੇ ਤੱਥਾਂ ਨਾਲ ਖੇਲ ਕਰਦੇ ਹਨ। ਇਕੱਲੀ ਇਹ ਨਹੀਂ, ਇਹਦੇ ਪਿੱਛੇ ਬਹੁਤ ਵੱਡੀ ਟੀਮ ਲੱਗੀ ਹੋਈ। ਜਿੰਨੀ ਇਹਨਾਂ ਨੇ ਫਿਲਮਾਂ ਬਣਾਈਆਂ, ਰਾਣੀ ਲਕਸ਼ਮੀ ਬਾਈ ਦੇ ਉੱਤੇ ਫਿਲਮ ਬਣਾਈ ਹੈ, ਉਹਦੇ 'ਚ ਬੜਾ ਇਹਨਾਂ ਨੇ ਡਿਸਟੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹਿਸਟਰੀ ਨੂੰ। ਹੁਣ ਐਵੇਂ ਹੀ ਇਹਨਾਂ ਨੇ ਐਮਰਜੈਂਸੀ ਦੇ ਵਿੱਚ ਅਤੇ ਜੋ ਵੀ ਉਸ ਸਮੇਂ ਦੇ ਐਕਸ਼ਨ ਰਿਐਕਸ਼ਨ ਹੋਏ ਉਹਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਿਆ। ਜਦੋਂ ਵੀ ਕੋਈ ਫਿਲਮ ਸਿੱਖ ਮਸਲਿਆਂ ਦੇ, ਸਿੱਖ ਪਰਸਨੈਲਿਟੀਜ਼ ਦੇ, ਸਿੱਖ ਗੁਰੂਆਂ ਨੂੰ ਲੈ ਕੇ ਬਣਦੀ ਹੈ ਤਾਂ ਉਹ ਪਹਿਲਾਂ SGPC ਕੋਲੋਂ ਪਾਸ ਕਰਵਾਈ ਜਾਵੇ, ਉਹਦੇ ਨੂੰ ਸਕਰੂਟਨਾਈਜ਼ ਕਰਾਇਆ ਜਾਵੇ। ਜੇ SGPC ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਫਿਰ ਉਹ ਫਿਲਮ ਰਿਲੀਜ਼ ਕੀਤੀ ਜਾਵੇ। ਇਹ ਪਹਿਲੀ ਵਾਰ ਹੋਇਆ ਕਿ ਇਹ ਫਿਲਮ ਨੂੰ ਇਹਨਾਂ ਨੇ ਸੈਂਸਰ ਬੋਰਡ ਤੋਂ ਸਿੱਧਾ ਪਾਸ ਕਰਵਾ ਕੇ ਇਹਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਕਦੇ ਵੀ ਕਿਸੇ ਡਿਫਰੈਂਟ ਸਟੇਟ ਦੀ, ਖਾਲਿਸਤਾਨ ਦੀ ਕਦੇ ਡਿਮਾਂਡ ਨਹੀਂ ਕੀਤੀ। ਕਿਉਂਕਿ ਜਿਹੜਾ ਉਹ ਮਸਲਾ ਚੱਲ ਰਿਹਾ ਸੀ ਉਹ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਅਨੰਦਪੁਰ ਦੇ ਮਤਿਆਂ ਨੂੰ ਲੈ ਕੇ। ਈਵਨ BJP ਦੇ ਕਈ ਸੀਨੀਅਰ ਲੀਡਰ ਮੰਨਦੇ ਹਨ, ਸੁਬਰਾਮਨਿਅਮ ਸਵਾਮੀ ਜੀ ਜਿਹੜੇ ਕਈ ਦਿਨ ਸੰਤ ਜਰਨੈਲ ਸਿੰਘ ਦੇ ਨਾਲ ਵਿਚਰੇ ਰਹੇ, ਉਹ ਆਪਣੇ ਇੰਟਰਵਿਊਆਂ 'ਚ ਕਹਿ ਚੁੱਕੇ ਵੀ ਜੇ ਮੈਂ ਕਦੇ ਸਹੀ ਅਸਲ ਸੰਤ ਨੂੰ ਮਿਲਿਆ ਤਾਂ ਉਹ ਸੰਤ ਜਰਨੈਲ ਸਿੰਘ ਸੀਗੇ, ਉਹਨਾਂ ਨੇ ਕਦੇ ਵੀ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਨਹੀਂ ਕੀਤੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਨਿਰਪੱਖ ਪੋਸ਼ਟ ਅਤੇ ਮੈਂ ਗੁਰਪ੍ਰੀਤ ਤੁਹਾਡਾ ਸਵਾਗਤ ਕਰਦਾ। ਦੋਸਤੋ, ਕੰਗਣਾ ਰਣੌਤ ਦੀ ਜਿਹੜੀ ਕਿ ਮੁਸ਼ਕਿਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ ਨੇ, ਲਗਾਤਾਰ ਜਿਹੜੀ ਕਿ ਐਮਰਜੈਂਸੀ ਮੂਵੀ ਆ ਇਸ ਨੂੰ ਲੈ ਕੇ ਵਿਵਾਦਿਤ ਜਿਹੜੇ ਕਿ ਬਿਆਨ ਉਹਨਾਂ ਵੱਲੋਂ ਦਿੱਤੇ ਗਏ ਨੇ ਉਹ ਸੁਰਖੀਆਂ ਦੇ ਵਿੱਚ ਨੇ। ਆ ਸਾਡੇ ਨਾਲ ਸੀਨੀਅਰ ਐਡਵੋਕੇਟ ਜਿਹੜੇ ਕਿ ਰਵਿੰਦਰ ਸਿੰਘ ਬਾਸੀ ਅਤੇ ਯਾਦਵਿੰਦਰ ਸਿੰਘ ਢਿੱਲੋਂ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਕਿ ਆਖਿਰ ਕਿਹੜੀਆਂ ਹੁਣ ਮੁਸੀਬਤ ਜਿਹੜੀ ਉਹਨਾਂ ਦੇ ਸਿਰ 'ਤੇ ਨਵੀਆਂ ਜਿਹੜੀ ਪੈਣ ਜਾ ਰਹੀਆਂ ਨੇ। ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਸੀਂ ਜਿਹੜੀ ਕੁਛ ਸਮੇਂ ਪਹਿਲਾਂ ਇਹਨਾਂ ਨੇ ਇੱਕ ਟ੍ਰੇਲਰ ਰਿਲੀਜ਼ ਕੀਤਾ ਹੈ ਜੀ ਆਪਣਾ ਐਮਰਜੈਂਸੀ ਫਿਲਮ, ਬਿਲਕੁਲ ਉਹ ਟ੍ਰੇਲਰ ਦੇ ਵਿੱਚ ਦੇਖਣ 'ਚ ਆਇਆ ਵੀ ਇਹਨਾਂ ਨੇ ਬਿਨਾਂ ਕਿਸੇ ਕੋਕ ਪੜਤਾਲ ਤੋਂ, ਜਿਵੇਂ ਇਹਨੇ ਸੌਂਹੀ ਖਾਧੀ ਹੋਈ ਹੈ ਸਿੱਖਾਂ ਦੇ ਖਿਲਾਫ਼ ਕੋਈ ਨਾ ਕੋਈ ਸਾਜ਼ਿਸ਼ਾਂ ਕਰਨ ਦੀ ਘੜਨ ਦੀ ਜੀ, ਉਹਦੇ 'ਚ ਇਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਅਤੇ ਜਥੇਦਾਰ ਅਕਾਲ ਤਖ਼ਤ ਸਾਬਕਾ ਜਿਹੜੇ ਜਥੇਦਾਰ ਸੀ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਦੇ, ਉਹਨਾਂ ਨੂੰ ਗਲਤ ਤਰੀਕੇ ਨਾਲ ਪੋਰਟਰੇਟ ਕੀਤਾ, ਜਦਕਿ SGPC ਨੇ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਪਹਿਲਾਂ ਹੀ ਰੂਲਸ ਬਣਾਏ ਹੋਏ ਹੈ ਅਤੇ ਸੈਂਸਰ ਬੋਰਡ ਨੂੰ ਕਿਹਾ ਹੋਇਆ ਵੀ ਜਦੋਂ ਵੀ ਕੋਈ ਫਿਲਮ ਸਿੱਖ ਮਸਲਿਆਂ 'ਤੇ, ਸਿੱਖ ਪਰਸਨੈਲਿਟੀਜ਼ 'ਤੇ, ਸਿੱਖ ਗੁਰੂਆਂ ਨੂੰ ਲੈ ਕੇ ਬਣਦੀ ਹੈ ਤਾਂ ਉਹ ਪਹਿਲਾਂ SGPC ਕੋਲੋਂ ਪਾਸ ਕਰਵਾਈ ਜਾਵੇ, ਉਹਦੇ 'ਚ ਉਹਨੂੰ ਸਕਰੂਟਨਾਈਜ਼ ਕਰਾਇਆ ਜਾਵੇ। ਜੇ SGPC ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਫਿਰ ਉਹ ਫਿਲਮ ਰਿਲੀਜ਼ ਕੀਤੀ ਜਾਵੇ। ਇਹ ਪਹਿਲੀ ਵਾਰ ਹੋਇਆ ਕਿ ਇਹ ਫਿਲਮ ਨੂੰ ਇਹਨਾਂ ਨੇ ਸੈਂਸਰ ਬੋਰਡ ਤੋਂ ਸਿੱਧਾ ਪਾਸ ਕਰਵਾ ਕੇ ਇਹਨੂੰ ਰਿਲੀਜ਼ ਕਰਨ ਦੀ ਕੋਸ਼ਿਸ਼ ਕਰ ਰਹੇ, ਜਿਹਦਾ ਕਿ ਟ੍ਰੇਲਰ ਦੇ ਵਿੱਚ ਹੀ ਦਿਖ ਰਿਹਾ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਲੇ ਨੇ ਕਦੇ ਵੀ ਕਿਸੇ ਡਿਫਰੈਂਟ ਸਟੇਟ ਦੀ, ਖਾਲਿਸਤਾਨ ਦੀ ਕਦੇ ਡਿਮਾਂਡ ਨਹੀਂ ਕੀਤੀ। ਕਿਉਂਕਿ ਜਿਹੜਾ ਉਹ ਮਸਲਾ ਚੱਲ ਰਿਹਾ ਸੀ ਉਹ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ, ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਅਨੰਦਪੁਰ ਦੇ ਮਤਿਆਂ ਨੂੰ ਲੈ ਕੇ, ਜਿਹਨੂੰ ਅਸੀਂ ਅਨੰਦਪੁਰ ਰੈਜੋਲਿਊਸ਼ਨਸ ਕਹਿੰਦੇ ਹਾਂ। ਉਹ ਮਤਿਆਂ ਦੇ ਵਿੱਚ ਕੋਈ ਵੀ ਇੱਕ ਮਤਾ ਐਸਾ ਨਹੀਂ ਸੀਗਾ ਜਿਹਦੇ ਵਿੱਚ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਹੋਵੇ, ਵੱਖਰੀ ਸਟੇਟ ਦੀ ਗੱਲ ਹੋਵੇ।
ਹੁਣ ਜੇ ਅਸੀਂ ਉਹ 12 ਜਿਹੜੇ ਰੈਜੋਲਿਊਸ਼ਨ ਸੀਗੇ ਜੇ ਉਹਨਾਂ ਨੂੰ ਦੇਖਦੇ, ਉਹਨਾਂ 'ਚ ਇੱਕ ਰੈਜੋਲਿਊਸ਼ਨ ਵੀ ਉਹਦੇ 'ਚ ਐਸਾ ਨਹੀਂ ਸੀਗਾ ਜਿਹਦੇ 'ਚ ਕੋਈ ਖਾਲਿਸਤਾਨ ਦੀ ਡਿਮਾਂਡ ਹੋਵੇ। ਈਵਨ ਬੀਜੇਪੀ ਦੇ ਕਈ ਸੀਨੀਅਰ ਲੀਡਰ ਮੰਨਦੇ ਆ, ਸੁਬਰਾਮਨਿਅਮ ਸਵਾਮੀ ਜੀ ਜਿਹੜੇ ਕਈ ਦਿਨ ਸੰਤ ਜਰਨੈਲ ਸਿੰਘ ਦੇ ਨਾਲ ਵਿਚਰੇ ਆ ਰਹੇ ਆ, ਉਹ ਆਪਣੀਆਂ ਇੰਟਰਵਿਊਆਂ 'ਚ ਕਹਿ ਚੁੱਕੇ ਆ ਵੀ ਜੇ ਮੈਂ ਕਦੇ ਸਹੀ ਅਸਲ ਸੰਤ ਨੂੰ ਮਿਲਿਆ ਤਾਂ ਉਹ ਸੰਤ ਜਰਨੈਲ ਸਿੰਘ ਸੀਗੇ, ਉਹਨਾਂ ਨੇ ਕਦੇ ਵੀ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਨਹੀਂ ਕੀਤੀ। ਸੋ ਇਸ ਕਰਕੇ ਇਹ ਫਿਲਮ ਦੇ ਟ੍ਰੇਲਰ ਨੂੰ ਦੇਖਦੇ ਹੋਏ ਜਦੋਂ ਅਸੀਂ ਬੜਾ ਸਾਨੂੰ ਦੁੱਖ ਹੋਇਆ ਕਿ ਜਿਸ ਕੌਮ ਨੇ ਇਸ ਦੇਸ਼ ਵਾਸਤੇ ਆਪਣੇ ਸਿਰ ਲੱਥ ਕੋਸ਼ਿਸ਼ਾਂ ਕੀਤੀਆਂ ਇਹਨੂੰ ਬਚਾਉਣ ਵਾਸਤੇ, ਆਜ਼ਾਦੀ ਵਾਸਤੇ, ਜੇ ਅਸੀਂ ਆਜ਼ਾਦੀ ਤੋਂ ਬਾਅਦ ਦੀਆਂ ਵੀ ਜੰਗਾਂ ਦੇਖਦੇ ਹਾਂ ਤਾਂ ਮੇਰੇ ਖਿਆਲ 'ਚ ਪੰਜਾਬ 'ਚ ਕੋਈ ਉਹ ਪਿੰਡ ਐਸਾ ਹੋਊਗਾ ਜਿੱਥੋਂ 1, 2, 3, 4 ਨੌਜਵਾਨਾਂ ਨੇ ਸ਼ਹੀਦੀ ਨਹੀਂ ਦਿੱਤੀ ਹੋਵੇ। ਅਤੇ ਉਸ ਕੌਮ ਨੂੰ ਵਾਰ ਵਾਰ ਟਾਰਗੇਟ ਕਰਨਾ, ਉਸ ਦੇ ਜਿਹੜੇ ਸਭ ਤੋਂ ਪੂਜਨੀਏ ਸਥਾਨ ਸਾਡੇ ਅਕਾਲ ਤਖ਼ਤ ਸਾਹਿਬ ਹੈ ਉਹਨਾਂ ਦੇ ਸਾਬਕਾ ਜਥੇਦਾਰ ਨੂੰ ਲੈ ਕੇ ਗਲਤ ਤਰੀਕੇ ਨਾਲ ਪੋਰਟਰੇਟ ਕਰਨਾ, ਅਤੇ ਅਸੀਂ ਉਹਦੇ ਜਿਹੜੇ ਹੁਣ BNSS ਨਵਾਂ ਕਾਨੂੰਨ ਬਣਿਆ ਉਹਦੇ 'ਚ ਸੈਕਸ਼ਨ 302 296 Part 1 197 Part 1 ਦੇ ਤਹਿਤ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਤਾਂ ਕਿ ਇਹਨੂੰ ਇਹ ਪਤਾ ਲੱਗ ਜਾਵੇ ਕਿ ਇਹ ਕੋਈ ਵੇਗ ਜਿਹੀ ਗੱਲ ਨਹੀਂ ਹੁੰਦੀ ਵੀ ਜੋ ਮੈਂ ਬੋਲ ਦੇਵਾਂ, ਮੈਂ ਜੋ ਮਰਜ਼ੀ ਕਰ ਦੇਵਾਂ। ਇਹ ਕਾਨੂੰਨ ਦੇ ਤਹਿਤ ਚੱਲਣ ਵਾਲੀ ਕੰਟਰੀ ਹੈ ਅਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੀ ਸਾਰਾ ਕੁਛ ਕਰਨਾ ਪੈਂਦਾ। ਅਤੇ ਬੜੀ ਅਚਰਜ ਦੀ ਗੱਲ ਹੈ ਵੀ ਸੈਂਸਰ ਬੋਰਡ ਜਿਹਨੂੰ ਅਸੀਂ ਕਹਿੰਦੇ ਵੀ ਉਸ ਤੋਂ ਬਿਨਾਂ ਫਿਲਮ ਪਾਸ ਨਹੀਂ ਹੁੰਦੀ, ਸਰਦਾਰ ਜਸਵੰਤ ਸਿੰਘ ਖਾਲੜਾ ਜਿਹੜੇ ਰਿਊਂਡ ਇੰਟਰਨੈਸ਼ਨਲ ਹਿਊਮਨ ਰਾਈਟ ਐਕਟੀਵਿਸਟ ਸੀਗੇ ਉਹਨਾਂ ਦੇ ਬਣੀ ਫਿਲਮ ਨੂੰ ਪਾਸ ਨਹੀਂ ਕਰਦਾ। ਅਤੇ ਇਹ ਜਿਹੜੀ ਮੈਂ ਤਾਂ ਹੁਣ ਮੇਰੇ ਕੋਲ ਤਾਂ ਇਹਦੇ ਕੋਲ ਸ਼ਬਦ ਵੀ ਨਹੀਂ ਹੈ, ਅਤੇ ਇੱਕ ਔਰਤ ਹੈ ਕਿਉਂਕਿ ਸਾਨੂੰ ਆਪਣੇ ਉਹਦੇ 'ਚ ਰਹਿਣਾ ਪੈਂਦਾ ਵੀ ਇਹ ਫਿਲਮਾਂ ਬਣਾਉਂਦੀ ਹੈ, ਤੱਥਾਂ ਨੂੰ ਤੋੜ ਮੋੜ ਕੇ ਪੇਸ਼ ਕਰਦੀ ਹੈ, ਹਿਸਟਰੀ ਦੇ ਤੱਥਾਂ ਨਾਲ ਖੇਲ ਕਰਦੇ ਹੈ। ਇਹ ਇਕੱਲੀ ਇਹ ਨਹੀਂ, ਇਹਦੇ ਪਿੱਛੇ ਇੱਕ ਬਹੁਤ ਵੱਡੀ ਟੀਮ ਲੱਗੀ ਹੋਈ ਹੈ। ਇਸ ਤੋਂ ਪਹਿਲਾਂ ਵੀ ਜਿੰਨੀਆਂ ਇਹਨਾਂ ਨੇ ਫਿਲਮਾਂ ਬਣਾਈਆਂ, ਰਾਣੀ ਲਕਸ਼ਮੀ ਬਾਈ ਦੇ ਉੱਤੇ ਫਿਲਮ ਬਣਾਈ ਹੈ, ਉਹਦੇ 'ਚ ਬੜਾ ਇਹਨਾਂ ਨੇ ਡਿਸਟੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਹਿਸਟਰੀ ਨੂੰ। ਹੁਣ ਐਵੇਂ ਹੀ ਇਹਨਾਂ ਨੇ ਐਮਰਜੈਂਸੀ ਦੇ ਵਿੱਚ ਹੈ ਅਤੇ ਜੋ ਵੀ ਉਸ ਸਮੇਂ ਦੇ ਐਕਸ਼ਨ ਰਿਐਕਸ਼ਨ ਹੋਏ ਉਹਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਿਆ, ਜਦਕਿ ਇਹ ਗੱਲ ਸੈਂਸਰ ਬੋਰਡ ਨੂੰ ਦੇਖਣੀ ਚਾਹੀਦੀ ਹੈ। ਉਹੀ ਉੱਥੇ ਆਪਾਂ ਆਉਂਦੇ ਹਾਂ, ਸੈਂਸਰ ਬੋਰਡ ਸਾਰੀ ਚੀਜ਼ਾਂ ਦੇਖ ਕੇ ਮਨਜ਼ੂਰੀ ਦਿੰਦਾ ਆ। ਇੱਕ ਪਾਸੇ ਜਸਵੰਤ ਸਿੰਘ ਖਾਲੜੇ ਵਾਲੀ ਫਿਲਮ ਸੀਗੀ ਉਹਨੂੰ ਮਨਜ਼ੂਰੀ ਦਿੱਤੀ ਗਈ, ਤਾਂ ਇਹ ਮੂਵੀ ਨੂੰ ਕਿਵੇਂ ਇਹਨਾਂ ਨੇ ਮਤਲਬ ਕਿ ਮਨਜ਼ੂਰੀ ਦਿੱਤੀ, ਕਾਰਨ ਕੀ ਨੇ ਇਹ ਚੀਜ਼ਾਂ ਨੂੰ ਲੈ ਕੇ? ਇਹੀ ਤਾਂ ਮੈਂ ਦੱਸ ਰਿਹਾ ਹੁਣ, ਸੈਂਸਰ ਬੋਰਡ ਕੀ ਹੈ? ਸੈਂਸਰ ਬੋਰਡ ਦੇ ਵਿੱਚ ਵੀ ਸਰਕਾਰ ਵੱਲੋਂ ਨੋਮੀਨੇਟਡ ਮੈਂਬਰ ਹੁੰਦੇ ਆ, BJP ਦੇ ਮੈਂਬਰ ਹੈ, RSS ਦੇ ਮੈਂਬਰ ਹੈ, ਅਤੇ ਉਹ ਲੋਕ ਤਾਂ ਵਾਰ ਵਾਰ ਜਿਹੜੀ ਸਿੱਖ ਫਲੋਸਫੀ ਹੈ, ਸਿੱਖ ਫਲਸਫੇ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਕਰਦੇ ਹੈ, ਡਿਸਟੋਰਟ ਕਰਨ ਦੀ ਕੋਸ਼ਿਸ਼ ਕਰਦੇ ਹੈ, ਉਹ ਕਿੰਨੇ ਸਮੇਂ ਤੋਂ ਐਸੇ ਹੀ ਜੱਦੋ ਜਹਿਦ 'ਚ ਲੱਗੇ ਹੋਏ ਹੈ। ਹੁਣ ਉਹਨਾਂ ਨੂੰ ਇਹੋ ਜਿਹੇ ਮੋਹਰੇ ਮਿਲ ਜਾਂਦੇ, ਇਹ ਮੋਹਰਾ ਹੁਣ ਉਹ ਫਿਲਮ ਬਣਾ ਰਹੀ ਹੈ ਜੀ ਐਮਰਜੈਂਸੀ, ਉਹਦੀ ਐਕਟਰ ਕੌਣ ਹੈ? ਕੰਗਨਾ ਰਣੌਤ। ਡਾਇਰੈਕਟਰ ਕੌਣ ਹੈ? ਕੰਗਨਾ ਰਣੌਤ। ਉਹਦੀ ਪ੍ਰੋਡਿਊਸਰ ਕੌਣ ਹੈ? ਕੰਗਨਾ ਰਣੌਤ। ਔਰ ਇਹ ਵੀ ਪੱਕਾ ਉਹਨੂੰ ਦੇਖੂਗਾ ਕੌਣ? ਕੰਗਨਾ ਰਣੌਤ। ਦੇਖਣੀ ਵੀ ਕਿਸੇ ਨੇ ਨਹੀਂ। ਇਸ ਤੋਂ ਪਹਿਲਾਂ ਵੀ ਇੱਕ ਫਿਲਮ ਆਈ ਜਿਹ 'ਚ 17 ਟਿਕਟਾਂ ਵਿਕੀਆਂ ਆਲ ਓਵਰ ਇੰਡੀਆ। ਅਤੇ ਇਸ ਕਰਕੇ ਇਹ ਹੁਣ ਇੱਕ ਇਹਦੇ ਪਿੱਛੇ ਸਾਜ਼ਿਸ਼ਾਂ ਕੀ ਹੈ? ਐਡੀ ਵੱਡੇ ਬਜਟ ਦੀ ਫਿਲਮ ਬਣਾ ਰਹੇ ਹੋ, ED ਸੁੱਤੀ ਪਈ ਹੈ, CBI ਸੁੱਤੀ ਪਈ ਹੈ, ਬਾਕੀ ਏਜੰਸੀਆਂ ਸੁੱਤੀਆਂ ਪਈਆਂ, ਇਹ ਕਿਹਦਾ ਪੈਸਾ ਵਾਈਟ ਹੋ ਰਿਹਾ?
ਸੋਚਣ ਦੀ ਗੱਲ ਇਹ ਹੈ ਕਿ ਸਿਰਫ ਫਿਲਮ ਬਣਾਤੀ, ਮਾਰਕੀਟ ਸਿੱਟ ਦੀ, ਹੁਣ ਉਹਦਾ 2 ਨੰਬਰ ਦੇ ਵਿੱਚ ਰਿਟਰਨ ਸ਼ੋਅ ਕਰਕੇ ਪੈਸਾ ਵਾਈਟ ਕਰਨਗੇ ਜੀ। ਸੋ ਇਸ ਕਰਕੇ ਇਹਦੇ 'ਚ ਤਾਂ ED ਨੂੰ ਆਪ ਇੰਟਰਵੀਨ ਕਰਕੇ ਘੱਟੋ ਘੱਟ ਇਹਨੂੰ ਬੁਲਾ ਕੇ ਤਾਂ ਪੁੱਛੋ ਵੀ ਤੇਰੇ ਕੋਲ ਪੈਸਾ ਕਿੱਥੋਂ ਆ ਰਿਹਾ, ਤੇਰੀ ਬੈਕਗਰਾਊਂਡ ਕੀ ਹੈ, ਫਿਲਮ ਤੇਰੀ ਕੋਈ ਚੱਲਦੀ ਨਹੀਂ, ਫਿਲਮ ਤੈਨੂੰ ਕੋਈ ਲੰਦਾ ਨਹੀਂ, ਪੈਸਾ ਕਿੱਥੋਂ ਤੇਰੇ ਕੋਲ ਆ ਰਿਹਾ, ਆਫਟਰ ਆਲ ਇੰਨਾ ਹੈਵੀ ਬਜਟ ਫਿਲਮ ਤੂੰ ਕਿੱਥੋਂ ਬਣਾ ਰਹੀ ਹੈ, ਜਾਂ ਤਾਂ ਇਹਦੇ 'ਚ 2 ਨੰਬਰ ਦੇ ਲੋਕਾਂ ਦਾ ਪੈਸਾ ਲੱਗਿਆ ਹੋਇਆ। ਸੋ ਇਸ ਕਰਕੇ ਇਹ ਗੱਲਾਂ ਜਾਂਚਣ ਦੀ ਲੋੜ ਹੈ, ਇਹ ਇਕੱਲਾ ਸਿਰਫ ਇਹ ਨਹੀਂ ਹੈ ਵੀ ਇੱਕ ਫਿਲਮ ਬਣ ਗਈ, ਇਹ ਫਿਲਮ ਕਿਉਂ ਬਣੀ, ਕਿਵੇਂ ਬਣੀ ਅਤੇ ਕਿਹੜੇ ਮੁੱਦਿਆਂ ਨੂੰ ਲੈ ਕੇ ਬਣੀ, ਇਹ ਵੀ ਸੋਚਣਾ ਬਹੁਤ ਜ਼ਰੂਰੀ। ਬਿਲਕੁਲ ਢਿੱਲੋ ਸਾਹਿਬ, ਤੁਸੀਂ ਵੀ ਬੈਠੇ ਨਾਲ ਕਿਸਾਨੀ ਦੇ ਮਸਲੇ ਨੂੰ ਲੈ ਕੇ ਕਾਫੀ ਵਿਵਾਦਿਤ ਬਿਆਨ ਜਿਹੜੇ ਦਿੱਤੇ ਸਾਹਮਣੇ ਆ ਰਹੇ ਨੇ। ਪਹਿਲਾਂ ਤਾਂ 100-200 ਵਾਲੀ ਗੱਲ ਸੀਗੀ, ਤਾਂ ਹੁਣ ਤਾਂ ਇੱਕ ਨਵੀਂ ਸਾਹਮਣੇ ਗੱਲ ਆ ਕਿ ਵੀ ਰੇਪ ਹੋ ਰਹੇ ਸੀ ਉੱਥੇ ਕਿਸਾਨੀ ਅੰਦੋਲਨ 'ਚ, ਉਸ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਫਿਰ ਹੁਣ? ਫਿਰ ਦੇਖੋ ਜੀ, ਉਸ ਟਾਈਮ ਇਹ MP ਨਹੀਂ ਸੀਗੀ ਜਦੋਂ ਇਹ ਗੱਲਾਂ ਕੀਤੀਆਂ ਸੀ, ਮਗਰ ਉਸ ਟਾਈਮ ਇਹ ਇੱਕ ਐਕਟ੍ਰੈਸ ਸੀਗੀ, ਲੋਕ ਇਹਦੀ ਫਿਲਮਾਂ ਦੇਖਦੇ ਸੀਗੇ। ਜਦ ਤੁਸੀਂ ਇਸ ਲੈਵਲ 'ਤੇ ਆ ਜਾਂਦੇ ਹੋ, ਕਈ ਸੈਕਸ਼ਨ ਆਫ ਦੀ ਸੁਸਾਇਟੀ ਇੱਦਾਂ ਦੇ ਹੁੰਦੇ ਵੀ ਜੇ ਤੁਸੀਂ ਕੋਈ ਐਕਸ਼ਨ ਵੀ ਕਰਦੇ ਹੋ ਨਾ, ਉਹਦਾ ਪ੍ਰਭਾਵ ਪੈਂਦਾ ਉਹਨਾਂ 'ਤੇ। ਤਾਂ ਇਹਨੂੰ ਉਸ ਟਾਈਮ ਵੀ ਇਹੋ ਜਿਹੀ ਗੱਲਾਂ ਕਰਨ ਤੋਂ ਰਿਸਟ੍ਰੇਨ ਕਰਨਾ ਚਾਹੀਦਾ ਸੀਗਾ। ਜਿੰਨਾ ਵਧੀਆ ਡਿਸਿਪਲਿਨ ਕਿਸਾਨ ਅੰਦੋਲਨ 'ਚ ਰਿਹਾ, ਉਹ ਆਲੇ ਦੁਆਲੇ ਵਾਲੇ ਜਿਹੜੇ ਬੰਦੇ ਸੀਗੇ ਉਹ ਦੱਸ ਸਕਦੇ ਨੇ, ਜਿਹੜੇ ਉੱਥੇ ਰਹਿੰਦੇ ਸੀਗੇ। ਕੋਈ ਆਲੇ ਦੁਆਲੇ ਚੋਰੀ ਵਾਲਾ ਕਾਂਡ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ, ਮਾਂ ਧੀਆਂ ਭੈਣਾਂ ਉੱਥੇ ਤੁਰੀਆਂ ਫਿਰਦੀਆਂ ਰਹੀਆਂ, ਲੰਗਰ ਦਾ ਕੋਈ ਰੌਲਾ ਨਹੀਂ ਸੀਗਾ, ਐਵਰੀਥਿੰਗ ਵਾਜ਼ ਵੈਰੀ ਵੈਲ ਔਰਗਨਾਈਜ਼ਡ। ਇਹ ਕੌਣ ਕਰ ਰਹੇ ਸੀਗੇ? ਇਹ ਕੋਈ ਵੱਖਰਾ ਇੰਸਟੀਟਿਊਸ਼ਨ ਨਹੀਂ ਸੀ ਕਰ ਰਿਹਾ, ਕਿਸਾਨ ਕਰ ਰਹੇ ਸੀ। ਉਹ ਕਿਸਾਨ ਤਬਕਾ ਕੀ ਹੈ? ਕਿਸਾਨ ਪੜ੍ਹੇ ਲਿਖੇ ਵੀ ਨੇ, ਕਿਸਾਨ ਬਿਲਕੁਲ ਖੇਤਾਂ 'ਚ ਕੰਮ ਕਰਨ ਵਾਲੇ ਵੀ ਨੇ, ਠੀਕ ਹੈ ਨਾ ਜੀ। ਸੋ ਸਾਰੀ ਚੀਜ਼ ਮੈਨੇਜ ਹੋ ਰਹੀ ਸੀ। ਉਸ ਟਾਈਮ ਵੀ ਇਹਨੇ ਗਲਤ ਬਿਆਨੀ ਕੀਤੀ, ਹੁਣ ਵੀ ਇਹਨੇ ਜਿਹੜੀ ਆ ਫਿਲਮ ਬਣਾਈ ਹੈ ਇਹਦੇ 'ਚ ਵੀ ਸਾਰਾ ਕੁਝ ਡਿਸਟੋਰਟ ਕੀਤਾ ਹੋਇਆ। ਇਹਨੂੰ ਦੇਖਣਾ ਚਾਹੀਦਾ ਵੀ ਫਿਲਮ ਬਣਾ ਰਹੇ ਹੈ, ਪਹਿਲਾਂ ਫੈਕਟਸ ਤਾਂ ਕਲੀਅਰ ਕਰ ਲਓ ਆਪਦੇ, ਫੈਕਟਸ ਕਲੀਅਰ ਕਰੋ, ਬਣਾਓ ਫਿਲਮ ਜਿੰਨੀ ਮਰਜ਼ੀ ਬਣਾਓ, ਉਹ ਤਾਂ ਫਿਰ ਲੋਕਾਂ ਨੇ ਡਿਸਾਈਡ ਕਰਨਾ ਵੀ ਹਾਂਜੀ ਦੇਖਣੀ ਹੈ ਜਾਂ ਨਹੀਂ ਦੇਖਣੀ। ਬਿਲਕੁਲ, ਮੈਂ ਕਹਿੰਦਾ ਫਿਲਮ 'ਚ ਸਿੱਧਾ ਸਪਸ਼ਟ ਕਰਤਾ ਵੀ ਸਿੱਖ ਆਖਿਰ ਕੀ ਚਾਹੁੰਦੇ ਨੇ। ਉਹਦੇ ਫਿਲਮ 'ਚ ਸਿੱਧਾ ਕਿਹਾ ਵੀ ਖਾਲਿਸਤਾਨ ਦੀ ਮੰਗ ਕਰਦੇ, ਉਹਦੇ ਵਿੱਚ ਇਹੀ ਗੱਲ ਕਹੀ ਗਈ ਹੈ ਵਿਦਾਊਟ ਵੈਰੀਫਾਈਂਗ। ਔਰ ਨਾਲੇ ਮੋਰ ਓਵਰ, ਇਹਨੂੰ ਹੁਣ ਤਾਂ ਇਹ ਦੇਖਣਾ ਚਾਹੀਦਾ ਸੀਗਾ ਵੀ ਮੈਂ MP ਬਣੀ ਹੈ, ਤੁਸੀਂ MP ਬਣੇ ਹੋ, ਤੁਸੀਂ ਪਾਰਲੀਮੈਂਟ 'ਚ ਜਾਓ, ਕੋਈ ਇੱਦਾਂ ਦੀ ਸ਼ਬਦਾਵਲੀ ਚੰਗੀ ਵਰਤੋ ਜਿੱਥੋਂ ਤੁਸੀਂ ਇਲੈਕਟ ਹੋ ਕੇ ਆਏ ਹੋ, ਉਹਨਾਂ ਦਾ ਕੋਈ ਫਾਇਦੇ ਵਾਲੀ ਗੱਲ ਕਰੋ, ਠੀਕ ਹੈ ਨਾ ਜੀ। ਕਿਉਂਕਿ ਆਪਾਂ ਤਾਂ ਪਾਸ ਦੇ ਵਿੱਚ ਇਹ ਦੇਖਿਆ ਵੀ ਜਿੰਨੇ ਇਹ ਐਕਟਰ ਬਣ ਕੇ ਜਾਂਦੇ ਨੇ, ਲੋਕ ਤਾਂ ਦੇਖੋ ਇਹਨਾਂ ਨੂੰ ਬਹੁਤ ਵਧੀਆ ਸਮਝ ਕੇ ਵੋਟਾਂ ਪਾਉਂਦੇ, ਬਟ ਤੁਸੀਂ ਇੱਕ ਪਾਸ ਚੈੱਕ ਕਰੋ, ਮੇਰੇ ਖਿਆਲ ਤੋਂ ਸਭ ਤੋਂ ਘੱਟ ਇਹਨਾਂ ਦੀਆਂ ਅਟੈਂਡੈਂਸਾਂ ਨੇ। ਇਹ ਤਾਂ ਇਟਸ ਲਾਈਕ ਵੀ ਤੁਸੀਂ ਬੰਦੇ ਨੂੰ MP ਬਣਾਤਾ ਅਤੇ ਉਹ ਪਾਰਲੀਮੈਂਟ ਤਾਂ ਗਿਆ ਹੀ ਨਹੀਂ। ਸੋ ਕਹਿਣ ਦਾ ਮਤਲਬ ਇਹ ਹੈ ਤੁਸੀਂ ਕੰਸਟਰਕਟਿਵ ਕੰਮ ਕਰੋ, ਜਦ ਤੁਸੀਂ ਪਾਰਲੀਮੈਂਟ ਇਹਦੀ ਹਾਈਐਸਟ ਸੀਟ ਹੈ ਉਹ, ਤੁਸੀਂ ਕੰਟਰੀ ਕਹਾਂ ਲਿਜਾਉਣ ਵਾਲੀ ਗੱਲ ਕਰੋ, ਤੁਸੀਂ ਤਾਂ ਗੱਲਾਂ ਕਰ ਰਹੇ ਹੋ ਲੋਕਾਂ ਨੂੰ ਪਿੱਛੇ ਖਿੱਚਣ ਵਾਲੀਆਂ, ਜਿਹੜੀ ਕਿ ਕੌਂਟਰੇਰੀ ਨੇ ਟੂ ਬੀ ਆ ਮੈਂਬਰ ਪਾਰਲੀਮੈਂਟ ਐਂਡ ਜਿਹੜੇ ਐਕਟਸ ਨੇ ਇਹਦੇ। ਬਿਲਕੁਲ, ਬਸ ਕੀ ਲੱਗਦਾ ਵੀ ਹੁਣ ਇਸ ਵਾਰ ਜਿਹੜੀ ਫਿਲਮ ਜਿਹੜੀ 6 ਸਤੰਬਰ ਨੂੰ ਰਿਲੀਜ਼ ਹੋਣੀ ਆ, ਹੁਣ ਕੀ ਲੱਗਦਾ ਪੰਜਾਬ ਦੇ ਵਿੱਚ ਆਖਿਰ ਇਹ ਫਿਲਮ ਚੱਲੂਗੀ ਫਿਰ ਹੁਣ? ਨਹੀਂ ਚੱਲੀ ਤਾਂ ਇਹਦੀ ਵੈਸੇ ਨਹੀਂ, ਪਹਿਲਾਂ ਕੋਈ ਫਿਲਮ ਚੱਲਣੀ ਤਾਂ ਕੀ ਹੈ, ਮੇਰੇ ਖਿਆਲ ਪੰਜਾਬ ਦੇ ਲੋਕ ਇਹਨੂੰ ਲੱਗਣ ਵੀ ਨਹੀਂ ਦੇਣਗੇ, ਅਤੇ ਸਰਕਾਰ ਨੂੰ ਹੀ ਚਾਹੀਦਾ, ਸੈਂਟਰ ਗੌਰਮੈਂਟ ਨੂੰ ਚਾਹੀਦਾ ਵੀ ਇਹਦੇ ਉੱਤੇ ਬੈਨ ਲਾ ਦਿੱਤਾ ਜਾਵੇ, ਕਿਉਂਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਸਮਾਜ ਨੂੰ ਸੰਭਾਲ ਕੇ ਰੱਖਣਾ, ਸਮਾਜ ਦੇ ਵਿੱਚ ਏਕਾ ਬਣਾ ਕੇ ਰੱਖਣਾ। ਜੇ ਸਰਕਾਰ ਨਹੀਂ ਕਰੇਗੀ ਅਤੇ ਲੋਕ ਸੜਕਾਂ 'ਤੇ ਆਉਣਗੇ, ਅਤੇ ਉਸ ਤੋਂ ਬਾਅਦ ਵੀ ਤਾਂ ਲੋਅ ਐਂਡ ਆਰਡਰ ਦੀ ਪ੍ਰੋਬਲਮ ਆਏਗੀ। ਬਿਲਕੁਲ,
ਸੋ ਜਿਹੜੀ ਗੱਲ ਦੂਜੀ ਗੱਲ ਇਹਨਾਂ ਨੇ ਇਹਦੇ 'ਚ ਮੈਂ ਦੱਸਾਂ ਵੀ ਸੰਤ ਜਰਨੈਲ ਸਿੰਘ ਖਾਲਸਾ ਜੀ ਨੂੰ ਦਿਖਾਇਆ ਕਿ ਉਹ ਖਾਲਿਸਤਾਨ ਦੀ, ਜੇ ਤੁਸੀਂ ਉਹਨਾਂ ਨੂੰ ਪੜ੍ਹੋ ਜਾਂ ਉਹਨਾਂ ਦੀਆਂ ਸਪੀਚਾਂ ਸੁਣੋ, ਕਈ ਜਗ੍ਹਾ ਉਹਨਾਂ ਨੇ ਇੱਕ ਗੱਲ ਕਹੀ, ਉਹ ਤਾਂ ਪਾਕਿਸਤਾਨ ਬਣਨ ਤੋਂ ਵੀ ਦੁਖੀ ਸੀਗੇ। ਅੱਜ ਸਿੱਖਾਂ ਨੂੰ ਜੇ ਅਸੀਂ ਆਪਣੇ ਮੁਕੱਦਸ ਸਥਾਨਾਂ 'ਤੇ ਜਾਣਾ, ਨਨਕਾਣਾ ਸਾਹਿਬ ਜਾਣਾ, ਅਸੀਂ ਹੋਰ ਜਿਹੜੇ ਉੱਥੇ ਧਾਰਮਿਕ ਸਾਡੇ ਸਥਾਨ ਹੈ, ਸਾਨੂੰ ਇੱਕ ਲੰਬੇ ਪ੍ਰੋਸੈਸ 'ਚੋਂ ਗੁਜ਼ਰਨਾ ਪੈਂਦਾ, ਸਾਨੂੰ ਵੀਜ਼ੇ ਲੈ ਕੇ ਜਾਣਾ ਪੈਂਦਾ। ਜੇ ਅਸੀਂ ਹੋਰ ਕੰਟਰੀ ਨੂੰ ਕੱਟ ਵੱਢ ਕਰਦੇ ਹਾਂ ਅਤੇ ਸਾਡੇ ਹੋਰ ਜਿਹੜੇ ਵੱਡੇ ਤਖਤ ਹੈ, ਪਟਨਾ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਯੂਪੀ ਦੇ ਵਿੱਚ ਨਾਨਕ ਮੱਤਾ ਸਾਹਿਬ ਹੈ, ਕਿੰਨੇ ਵੱਡੇ ਵੱਡੇ ਸਾਡੇ ਜਿਹੜੇ ਘਰ ਹੈ ਉਹ ਇਸ ਧਰਤੀ ਦੇ ਵੱਖ ਵੱਖ ਹਿੱਸਿਆਂ 'ਚ, ਅਤੇ ਜੇ ਅਸੀਂ ਇਸ ਗੱਲ ਨੂੰ ਤਸਦੀਕ ਕਰਦੇ ਹਾਂ ਤਾਂ ਸਾਨੂੰ ਹੋਰ ਕਈ ਕੰਟਰੀਆਂ ਦੇ ਵਿਜ਼ੇ ਪੇ ਕਰਨੇ। ਸੋ ਇਸ ਕਰਕੇ ਕੋਈ ਵੀ ਜਿਹੜਾ ਸਿੱਖ ਹੈ, ਸਿੱਖ ਦੁਖੀ ਹੋ ਕੇ ਕਹਿੰਦਾ ਕਿ ਸਾਨੂੰ ਅੱਡ ਹੋ ਜਾਣਾ ਚਾਹੀਦਾ, ਕਿਉਂਕਿ ਸਾਨੂੰ ਜਦੋਂ ਨਿਆਂ ਨਹੀਂ ਮਿਲਦਾ, ਜਦੋਂ ਕਾਨੂੰਨ ਸਿੱਖਾਂ ਦੀ ਭਾਵਨਾ ਦੇ ਨਾਲ ਖੇਲਣਾ ਸ਼ੁਰੂ ਕਰ ਦਿੰਦਾ। ਹੁਣ ਅੰਮ੍ਰਿਤਪਾਲ ਦਾ ਹੀ ਕੇਸ ਹੈ, ਉਸ ਨੌਜਵਾਨ ਨੂੰ ਇਹਨਾਂ ਨੇ ਪਿਛਲੇ ਕਰੀਬ ਕਰੀਬ 2 ਸਾਲਾਂ ਤੋਂ ਬਿਨਾਂ ਕਿਸੇ ਕਾਰਨ ਡਿਬੜੂਗੜ੍ਹ ਦੇ ਵਿੱਚ NSA ਲਾ ਕੇ ਰੱਖਿਆ ਹੋਇਆ। ਕਿੰਨੇ ਹੀ ਸਾਡੇ ਸਿੱਖ ਨੌਜਵਾਨ ਹੈ ਜਿਹੜੇ ਇਹਨਾਂ ਨੇ ਫੇਕ ਇਨਕਾਊਂਟਰਾਂ 'ਚ ਪਹਿਲਾਂ ਮਾਰੇ ਹੈ, ਕਿੰਨੇ ਹੀ ਸਾਡੇ ਨੌਜਵਾਨ ਹੈ ਜਿਨ੍ਹਾਂ ਦੀਆਂ ਜ਼ਿੰਦਗੀਆਂ ਜੇਲ੍ਹਾਂ 'ਚ ਗੁਜ਼ਰ ਗਈਆਂ। ਬੰਦੀ ਸਿੰਘਾਂ ਦੇ ਪਿੱਛੇ ਸਾਨੂੰ ਕਿੰਨੀ ਜੱਦੋਜਹਿਦ ਕਰਨੀ ਪੈ ਰਹੀ ਹੈ, ਮੋਰਚੇ ਲਾਉਣੇ ਪੈ ਰਹੇ, ਉਸਦੇ ਬਾਵਜੂਦ ਵੀ ਦੇਖੋ ਜਿਹੜੇ ਬੰਦੇ ਨੇ ਕੋਈ ਅਫੈਂਸ ਕਰਿਆ ਹੁੰਦਾ ਉਹਦੀ ਸਜ਼ਾ ਪੂਰੀ ਮਿਲਦੀ ਹੈ, ਕੋਰਟ ਸਜ਼ਾ ਦਿੰਦੀ ਹੈ। ਸਜ਼ਾ ਕੀ ਦਿੰਦੀ ਹੈ? ਜੋ ਕਾਨੂੰਨ ਦੇ ਵਿੱਚ ਜੇ ਕਿਸੇ ਅਫੈਂਸ ਦੀ ਸਜ਼ਾ ਹੈ ਉਹ ਸਜ਼ਾ ਦੇ ਦਿੱਤੀ, ਉਹ ਬੰਦੇ ਨੇ ਸਜ਼ਾ ਪੂਰੀ ਕਰ ਲਈ ਤਾਂ ਉਹ ਤਾਂ ਛੱਡਣਾ ਬਣਦਾ। ਹੁਣ ਇੱਥੇ ਕੀ ਹੈ? ਇੱਥੇ ਤਾਂ ਸਜ਼ਾ ਪੂਰੀਆਂ ਹੋਣ ਤੋਂ ਬਾਵਜੂਦ ਵੀ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ, ਅਤੇ ਇੱਥੋਂ ਜਿਹੜੀ ਇੱਕ ਭਾਵਨਾ ਆਉਂਦੀ ਹੈ ਵੀ ਨਹੀਂ ਯਾਰ ਇਹ ਸਾਡਾ ਕੰਟਰੀ ਨਹੀਂ ਹੈ, ਜੇ ਸਾਨੂੰ ਕਾਨੂੰਨ ਵੀ ਸਾਨੂੰ ਨਹੀਂ ਸਾਡੀ ਰਾਈਟਸ ਨੂੰ ਸੇਫਗਾਰਡ ਕਰ ਰਿਹਾ ਤਾਂ ਲੋਕ ਜਜ਼ਬਾਤੀ ਹੋ ਕੇ ਗੁੱਸੇ 'ਚ ਆ ਕੇ ਇਹੋ ਜਿਹੀਆਂ ਗੱਲਾਂ ਕਰਦੇ ਹਾਂ। ਹੁਣ ਬੰਦੀ ਸਿੰਘਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ 32-33 ਸਾਲ ਹੋ ਗਏ ਜੇਲ੍ਹਾਂ 'ਚ ਬੈਠੇ, ਆਪਣੀ ਸਾਰੀ ਜ਼ਿੰਦਗੀ ਉਹਨਾਂ ਨੇ ਜੇਲ੍ਹ ਦੇ ਵਿੱਚ ਕੱਟਤੀ ਹੈ। ਕਿਉਂ? ਜੋ ਕਹਿੰਦੇ ਜੇ ਅਸੀਂ ਕੋਈ ਜੁਰਮ ਕਰਿਆ ਅਸੀਂ ਸਜ਼ਾ ਕੱਟ ਲਈ। ਨੋਰਮਲ ਕੇਸਾਂ ਦੇ ਵਿੱਚ 14 ਸਾਲ, 16 ਸਾਲ, ਮੈਂ ਕਹਿੰਦਾ 20 ਸਾਲ ਕਿੱਡੀ ਸ਼ਰਮਨਾਕ ਗੱਲ, ਪ੍ਰੈਗਨੈਂਟ ਲੇਡੀ 'ਤੇ ਤੁਸੀਂ ਰੇਪ ਕਰ ਰਹੇ ਹੋ ਅਤੇ ਉਹਦੀ ਡੈਥ ਹੋ ਰਹੀ ਹੈ, ਕਿੱਡੀ ਇਸ ਤੋਂ ਮਾੜੀ ਗਿਰਾਵਟ ਵਾਲੀ ਗੱਲ ਕੀ ਕਰ ਸਕਦਾ ਬੰਦਾ? ਔਰ ਜੇ ਬੰਦੇ ਦੇ ਹਾਰ ਪਾ ਪਾ ਕੇ ਤੁਸੀਂ ਲੈ ਰਹੇ ਹੋ, ਬਿਲਕੁਲ ਉਹੀ ਉਹੀ ਗੱਲ ਹੈ ਵੀ ਸਿੱਖਾਂ ਦਾ ਕਿਤੇ ਕਿਤੇ ਵਿਤਕਰਾ ਕੀਤਾ ਜਾਂਦਾ ਹਮੇਸ਼ਾ, ਅਤੇ ਉਹੀ ਵਿਤਕਰੇ ਕਰਕੇ ਹੀ ਤਾਂ ਐਡੀ ਵੱਡੀ ਸਮੱਸਿਆ। ਅਸੀਂ ਉਹ ਕੌਮ ਹੈ, ਸਾਡਾ ਖਿੱਤਾ ਉਹ ਹੈ ਚਾਹੇ ਉਹ ਪੰਜਾਬ, ਹਰਿਆਣਾ, ਵੈਸਟਰਨ UP, ਹਿਮਾਚਲ, ਜਿਹੜਾ ਕਿ 80% ਤੋਂ ਵੱਧ ਫੌਜ ਨੂੰ ਅਸੀਂ ਨੌਜਵਾਨ ਦਿੰਦੇ ਹਾਂ, ਸਭ ਤੋਂ ਵੱਧ ਅਸੀਂ ਅਨਾਜ ਪੈਦਾ ਕਰਕੇ ਇਸ ਦੇਸ਼ ਨੂੰ ਦਿੰਦੇ ਹਾਂ, ਸਭ ਤੋਂ ਵੱਧ ਅਸੀਂ ਸੋਸ਼ਲੀ ਜੇ ਕਿਤੇ ਵਰਲਡ ਦੇ ਵਿੱਚ ਜੇ ਆਪਾਂ ਕੋਈ ਇਮੇਜ ਹਿੰਦੁਸਤਾਨ ਦੀ ਦਿਖਦੀ ਹੈ ਤਾਂ ਉਹ ਸਾਡੇ ਨੌਜਵਾਨਾਂ ਦੇ ਚਿਹਰੇ ਮੂਹਰਿਆਂ 'ਤੇ ਦਿਖਦੀ ਹੈ। ਜਿਹੜੇ ਕਹਿੰਦੇ ਨਾ ਅਸੀਂ ਜੇ ਹੁਣ ਨੋਰਮਲ ਬਾਕੀ ਹਿੰਦੁਸਤਾਨ ਇੰਟਰਨੈਸ਼ਨਲ 'ਤੇ ਤੁਹਾਨੂੰ ਕਿਤੇ ਖੜ੍ਹਾ ਵੀ ਨਹੀਂ ਦਿਖੇਗਾ। ਸੋ ਇਸ ਕਰਕੇ ਜਿਹੜੀ ਦੇਣ ਜਿਸ ਕਮਿਊਨਿਟੀ ਦੀ ਹੈ ਉਹ ਇਹ ਮੰਨਣ ਨੂੰ ਤਿਆਰ ਨਹੀਂ। ਇਸ ਗੱਲ ਤੋਂ ਪਤਾ ਨਹੀਂ ਇਹਨਾਂ ਦੇ ਮਨਾਂ 'ਚ ਕੀ ਹੈ, ਕਿਉਂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਵੀ ਨਹੀਂ ਯਾਰ ਵੀ ਦੀਜ਼ ਆਰ ਦਾ ਬੈਟਰ ਪੀਪਲ। ਇਹਨਾਂ ਦੀ ਜਿਹੜੀ ਅੰਦਰ ਦੀ ਇੱਕ ਕਹਾਂਗੇ ਵੀ ਅੰਦਰ ਇਹਨਾਂ ਦੇ ਇੱਕ ਭਰਿਆ ਹੋਇਆ ਸਿੱਖਾਂ ਦੇ ਖਿਲਾਫ ਗੁੱਸਾ, ਇਨਫੀਰੀਟੀ ਕੰਪਲੈਕਸ ਇੱਕ ਇਹਨਾਂ ਦੇ ਅੰਦਰ, ਉਹ ਸਾਨੂੰ ਨੁਕਸਾਨ ਕਰ ਰਿਹਾ। ਬਿਲਕੁਲ, ਮੈਂ ਹੁਣ ਆਖਰੀ ਸਵਾਲ ਕਰੂੰਗਾ, ਤੁਹਾਡੇ ਵੱਲੋਂ ਹੁਣ ਕੀ ਜਿਹੜੀ ਕੀ ਕਾਰਵਾਈ ਕੀਤੀ ਗਈ ਫਿਲਮ ਨੂੰ ਲੈ ਕੇ ਕੀਤੀ ਗਈ ਹੈ ਜਾਂ ਕੰਗਣਾ ਦੇ ਉੱਤੇ ਕਾਰਵਾਈ ਕਰੀ ਤੁਸੀਂ ਹੁਣ, ਉਹ ਮੈਨੂੰ ਦੱਸੋ ਥੋੜ੍ਹਾ। ਇਹ ਅਸੀਂ ਕੰਗਣਾ
ਅਤੇ ਕੰਗਣਾ ਦੀ ਟੀਮ ਦੇ ਉੱਤੇ ਅਸੀਂ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਹੈ ਵੀ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ, ਉਸ ਤੋਂ ਬਾਅਦ ਕਿਸੇ ਧਰਮ ਨੂੰ ਲੈ ਕੇ ਗਲਤ ਬਿਆਨਬਾਜ਼ੀ ਕਰਨ ਦਾ, ਲੋਕਾਂ ਦੇ ਵਿੱਚ ਦੋ ਧਰਮਾਂ ਕਮਿਊਨਿਟੀ ਦੇ ਵਿੱਚ ਰਿਫਟ ਪੈਦਾ ਕਰਨ ਦੀ ਕੋਸ਼ਿਸ਼ ਕਰਨ ਦਾ, ਇਹਨਾਂ ਦੇ ਮੁਕੱਦਮਾ ਦਰਜ ਕਰਨ ਦੀ ਅਸੀਂ ਕੋਰਟ ਨੂੰ ਗੁਜ਼ਾਰਿਸ਼ ਕੀਤੀ ਹੈ। ਕੀ ਲੱਗਦਾ ਵੀ ਇਸਦਾ ਜਿਹੜਾ ਕੀ ਅਸਰ ਹੁਣ ਉਸ 'ਤੇ ਥੋੜ੍ਹਾ ਜਿਹਾ ਪਵੇਗਾ ਕਿ ਨਹੀਂ ਪਵੇਗਾ, ਸਿੱਧੇ ਤੌਰ 'ਤੇ ਦੱਸਾਂ? ਦੇਖੋ ਪਵੇ ਹੁਣ ਹੈ ਤਾਂ ਬਸ਼ਰਮ ਜਨਾਨੀ, ਉਹਨੂੰ ਤਾਂ ਅਸਰ ਪੈਣਾ ਤਾਂ ਮੈਨੂੰ ਤਾਂ ਨਹੀਂ ਲੱਗਦਾ, ਪਰ ਸਾਡਾ ਜਿਹੜਾ ਫਰਜ਼ ਅਸੀਂ ਆਪਣਾ ਪੂਰਾ ਕਰਾਂਗੇ। ਬਿਲਕੁਲ ਠੀਕ ਹੈ, ਧੰਨਵਾਦ। ਸੋ ਹੁਣ ਸਿੱਧੇ ਤੌਰ 'ਤੇ ਦੇਖਣਾ ਹੋਵੇਗਾ ਕਿ ਜਿਹੜੀ 6 ਸਤੰਬਰ